अस्सलाम वालेकुम सजनों ते बेलियो, आज दिन है जी इतवार दा। एक दफा फिर ना सिर्फ सरगोदा बल्कि पाकिस्तान दे नंबर वन व्यापारी मोहम्मद हुरम साहब दे डेरे ते मौजूद हाँ। माशाल्लाह जी हुरम साहब हर वीडियो च कमाल कर देने, दोस्तों वास्ते बड़ी मेहनत करके टॉप क्वालिटी दे सोने जानवर लेके आंदे ने। आज दी इस वीडियो च टोटल 8 जानवर ने, पहले ते दूसरे सूए जानवर मौजूद ने। तो माशाल्लाह जी आज दी वीडियो दा हीरा ए सामने खड़ा है, अदी भी तसल्ली कराने आ, सारे जानवर एक एक करके चेक करा दिने आ, ते इन्हां दा जिहड़ा रेट है वह भी मालूम करने आ। भाई हुरम आओ जी सामने। अस्सलाम वालेकुम जी। वालेकुम सलाम जी। भाई हुरम की हाल है, ठीक हो जी? अल्लाह दा शुक्र सर जी, ठीक ठाक माशाल्लाह जी। छाए हो, पिछली वीडियो ने तो पूरा एक रिकॉर्ड बनाया है, तो ओदा हक भी बनदा सी माशाल्लाह जी। जंजो सोना जानवर सी, कीमती ही राही, आज दी वीडियो च ਇਹ ਵੀ ਇੱਕ ਕੀਮਤੀ ਹੀਰਾ ਮੌਜੂਦ ਹੈ ਦੀ ਤਸੱਲੀ ਕਰਾਨੇ ਆ। ਸਾਰੇ ਦੋਸਤ ਜਨਾਬ ਦੇ ਨਾਮ ਤੋਂ ਵਾਕਫ ਨੇ, ਇੱਕ ਦਫਾ ਫੇਰ ਆਪਣਾ ਤੇ ਆਪਣੇ ਡੇਰੇ ਦਾ ਵੀ ਤਾਰਫ ਕਰਵਾ ਦਿਓ ਜੀ। ਨਾ ਮੇਰੇ ਹਰੀਬ ਦੇ ਖੁਰਮ ਹੈ ਜੀ, ਜ਼ਿਲ੍ਹਾ ਸਾਡਾ ਸਰਗੋਦਾ, ਤਹਿਸੀਲ ਬੁਲਵਾਲ ਹੈ। ਸਾਲਮ ਇੰਟਰਚੇਂਜ ਵੀ ਲੱਗਦਾ, ਬੇਰਾ ਵੀ ਲੱਗਦਾ, ਕੋਟ ਮੋਮਨ ਇੰਟਰਚੇਂਜ ਵੀ ਲੱਗਦਾ ਜੀ, ਤਿੰਨੋਂ ਇੰਟਰਚੇਂਜ ਲੱਗਦੇ ਨੇ। ਬੁਲਵਾਲ ਬੁਲਵਾਲ ਦੇ ਨਾਲ ਹੀ ਅੱਗੇ ਲੱਖ ਮੋੜ ਰੋਡ ਤੇ ਆ ਵੀ ਇੱਥੇ 18 ਨਹਿਰ ਦਾ ਪੁੱਲ ਹੈ ਜੀ। 18 ਨਹਿਰ ਪੁੱਲ ਦੇ ਨਾਲ ਹੀ ਬਿਲਕੁਲ ਜੀ 1/2 ਕਿਲੋਮੀਟਰ ਤੇ ਮੇਰਾ ਫਾਰਮ ਹੈ ਅੰਦਰ ਤੇ। ਤੇ ਕਿਸੇ ਕੋਲ ਵੀ ਦੋਸਤ ਬਾਈ ਨੰਬਰ ਉੱਤੇ ਹੁੰਦਾ, ਰابطہ ਕਰ ਲੈਣ। मजीद गल है कि माशाल्लाह अगला हीरा लाया ते दस्या मजदे जी गलना ते गले भी ईमानदारी दी गल मजदे चाहिए। जिंदाबाद। ते जी कराची है जी, ते भाई और दा नाम है तारक साहब, वह लै गए। अल्लाह पाक उन्हें नसीब करे, गई सुई वछी जाए खैर खरीय नालो। ते अज भी माशाल्लाह हीरा आंदा जी। बकाया उहदे ते असीं ना इत्थे ना दरम्यान दे विच इक पट्टी जी लाल रंग दी पाई आई, बकाया पट्टियां ना लगावां सर जी, विकदियां हुण ते फिर ओह जिहड़े पिछे दोस्त भाई आन उहनां फिर ओह इक रस्म बणा लई साडे, इंशाल्लाह माल ही सर जी दसेगा। ते मजीद अजे वी हीरा चैक कराने आ, दूसरा कोई गलती गुस्ताखी माजरत। बकाया वीडियो बड़ी अच्छी चली और शेयर भी हुई, गहराई दे नाल बहुत ही मेहरबानी और शुक्रिया जी। जी सर, करो पहले जिहड़े दोस्त माशाल्लाह जी अपना कीमती वक्त काट दे ने, वीडियो नूं लाइक ते शेयर करदे ने, ਉਹਨਾਂ ਦਾ ਬਹੁਤ ਸ਼ੁਕਰੀਆ ਜੀ। ਸਭ ਤੋਂ ਮਾਲ ਵੇਚਣਾ ਨਾ ਵੇਚਣਾ ਇਹ ਅੱਲਾਹ ਪਾਕ ਦੇ ਹੱਥ ਹੈ, ਗੱਲ ਹੈ ਹੈਲਪ ਦੀ ਜੀ ਜੀ। ਮੇਰੇ ਦੋਸਤ ਬਾਈ ਜਿਹੜੇ ਨੇ ਉਹਨਾਂ ਤੇ ਮੈਨੂੰ ਫਖਰ ਹੈ, ਬਲਕਿ ਮੈਂ ਇੱਕ ਤਲੀਮ ਨਹੀਂ ਹੈ, ਮਾੜਾ ਆਦਮੀ ਹਾਂ ਜੀ, ਮੇਰੀ ਹੈਲਪ ਕਰਦੇ ਪੈਣ ਬਹੁਤ ਮਿਹਰਬਾਨੀ ਔਰ ਬਹੁਤ ਸ਼ੁਕਰੀਆ। ਔਰ ਜਿਸ ਬੰਦੇ ਮੈਨੇ ਇਮਾਨਦਾਰੀ ਦੀ ਗੱਲ ਕਾਲ ਕੀਤੀ, ਮੈਂ ਪਹਿਲੀ ਗੱਲ ਤੇ ਹੀ ਨਾ ਉਹਨਾਂ ਕਾਲ ਕੀਤੀ, ਉਹਨਾਂ ਮੈਂ ਦੇਣੇ ਦੀ ਕੋਸ਼ਿਸ਼ ਕਰਦਾ ਕਿ ਮੈਂ ਇਨਸ਼ਾਅੱਲਾ ਜਾਨਵਰ ਉਹਨਾਂ ਦੇਵਾਂ। ਤੇ ਅੱਜ ਵੀ ਮਾਸ਼ਾਅੱਲਾ ਰੇਟਾਂ ਦੀ ਮੈਂ ਕਸਰ ਨਹੀਂ ਛੱਡਣੀ, ਬਕਾਇਆ ਕਿਹੜੀਆਂ ਸਾਡੇ ਘਰ ਦੀ ਉਹਨੇ ਬਈ ਅਸੀਂ ਮੁੱਲ ਲੈ ਕੇ ਆਉਂਦੇ ਹਾਂ ਜੀ ਜੀ ਜੀ। ਸ਼ੁਰੂ ਕਰੀਏ ਜੀ। ਲੋ ਦੋਸਤੋ ਚੈੱਕ ਕਰੋ ਮਾਸ਼ਾਅੱਲਾ ਜੀ, ਪਹਿਲਾ ਕੀਮਤੀ ਹੀਰਾ ਵੱਛੀ ਨੰਬਰ 1, ਇਹ ਪਹਿਲਾਂ ਨੇ ਬਾਈ ਹੁਰਮ ਜੀ ਪਹਿਲਾਂ ਐ ਖਲਾਰ ਬਾਈ, ਐ ਚੈੱਕ ਕਰੋ ਮਾਸ਼ਾਅੱਲਾ ਜੀ, ਵੱਛੀ ਨੰਬਰ 1 ਪਹਿਲਾ ਸੂਆ ਸੂਈ ਹੈ, ਜਸਾਮਾ ਜ਼ਰਾ ਵੇਖ ਲੈਣੀ, ਸੋਹਣਾ ਕਦ ਲੱਗਿਆ ਤੇ ਮਾਸ਼ਾਅੱਲਾ ਜੀ ਪਿੱਛੇ ਵੀ ਵੱਛੀ। ਐ ਚੈੱਕ ਕਰੋ ਜੀ ਆਪਣਾ ਤਾਂ ਜਿਹੜਾ ਉਸਾਨੇ ਤੇ ਜਿਹੜੀ ਪਿੱਛੇ ਵੱਛੀ ਉਹਦਾ ਵੀ ਸੰਚੈਕ ਕਰਨਾ ਹੈ। ਇਹ ਮੂੰਹ ਚ ਕਿੰਨੇ ਦਾੰਦੇ ਬਾਈ ਹੁਰਮ ਜੀ? ਮੂੰਹ ਚ ਸਰ ਜੀ ਇਹ 24 ਹੈ, ਮੂੰਹ ਚ 24 ਪਹਿਲਾ ਸੂਆ ਸੂਈ ਹੈ। ਟੋਰੇ ਭਾਈ ਜਨ ਜ਼ਰਾ ਦੋਸਤਾਂ ਨੂੰ ਮੁਕੰਮਲ ਤਸੱਲੀ ਕਰਾਈ, ਉੱਥੇ ਚੱਕਰ ਲਵਾ ਕੇ ਨਾ ਵਾਪਸ ਲਿਆਉਣਾ। ਇਹ ਬਾਈ ਹੁਰਮ ਕਿਦਾਂ ਦੀ ਸੂਈ ਜੇ ਜੀ? ਇਹ ਰਾਤੀ ਸੂਈ ਆ ਜੀ, ਨਾਰਾ ਸ਼ਾਰਾ ਕੱਢ ਛੜਿਆ, ਮੂੰਹ ਚ ਬਿਸ਼ਕ ਗਿਣਤੀ ਮਾਰੋ 1 2 3 4 ਜੀ ਠੀਕ। ਮੂੰਹ ਚ 4 ਦੰਦ, ਇਹ ਰਾਤੀ ਸੂਈ ਹੈ, ਹਫਤੇ ਦੀ ਰਾਤ ਨੂੰ ਸੂਈ ਹੈ, ਅੱਜ ਦਿਨ ਨੇ ਜਿਤਵਾਰ ਦਾ। ਵੱਛੀ ਨੰਬਰ 1 ਮੂੰਹ ਚ 4 ਦੰਦ ਪਹਿਲਾ ਸੂਆ ਸੂਈ ਹੈ। ਬਾਈ ਹੁਰਮ ਨਸਲ ਦੀ ਜੀ? ਨਸਲ ਦੀ ਫਰੀਜ਼ੀਅਨ ਤੇ ਥੋੜਾ ਜਿਹਾ ਜਰਸੀ ਦਾ ਕ੍ਰਾਸ। ਫਰੀਜ਼ੀਅਨ ਤੇ ਕੁਝ ਜਰਸੀ ਦਾ ਕ੍ਰਾਸ, ਕਿੰਨੀਆਂ ਚਵਾਈਆਂ ਕੀਤੀਆਂ ਨੇ ਜੀ? ਚਵਾਈਆਂ ਸਿੱਧੀਆਂ 3 ਕੀਤੀਆਂ, ਹੁਣ ਵੀ ਬਿਲਕੁਲ ਵੈੜ ਖਾਲੀ ਹੈ, ਸਵੇਰ ਦਾ ਟਾਈਮ ਹੈ ਬਿਸ਼ੱਕ ਦੋਸਤਾਂ ਦੇ ਨਾਲ। ਠੀਕ ਐ, ਚੈੱਕ ਕਰ ਲਓ ਜੀ, 3 ਚਵਾਈਆਂ ਹੀ ਆਣੇ, ਤਾਂ ਜ਼ਰਾ ਚੈੱਕ ਕਰ ਲੈਣੇ ਨੇ। ਫਰੀਜ਼ੀਅਨ ਤੇ ਕੁਝ ਜਰਸੀ ਕ੍ਰਾਸ ਦੱਸਿਆ ਜੀ? ਜੀ ਜੀ ਠੀਕ ਐ। ਵੱਛੀ ਨੰਬਰ 1 ਮੁਕੰਮਲ ਜਸਾਮਾ ਚੈੱਕ ਕਰ ਲੈਣੀ ਹੈ, ਪ੍ਰਿੰਟ ਮਾਸ਼ਾਅੱਲਾ ਜੀ ਸੋਹਣਾ ਪਿੱਛੇ ਦੇ ਵਿੱਚ। ਜਿਹੜੀ ਇਹ ਚੀਜ਼ ਹੈ ਨਾ ਜੀ, ਇਹ ਫਿਰ ਅਸਲ ਸੈਕਸੀ ਮਨ ਹੈ ਜੀ। ਜੀ ਜੀ ਪਿੰਕ ਨੋਜ਼ ਉਸ ਜੀ, ਤੁਹਾਡਾ ਤੇ ਲਫ਼ਜ਼ ਬੰਦਾ ਜਿੰਜੋ ਕਹਿੰਦੇ ਨੇ ਕਿ ਗੁਲਾਬ ਦਾ ਫੁੱਲ ਨੂੰ ਕਹਿੰਦੇ ਨੇ, ਨਾੜੂਆ ਸਾਹਮਣੇ ਨਜ਼ਰ ਆ ਰਿਹਾ, ਚੈੱਕ ਕਰ ਲੈਣਾ ਪਿੱਛੇ ਦੇ ਵਿੱਚ। ਸਰ ਇਹ ਪੂਰੇ ਲੱਖ ਰੁਪਏ ਦੀ ਵਿੱਚ ਹੀ, ਬਸ ਜੀ ਅੱਲਾਹ ਪਾਕ ਗਾਂ ਲੈ ਜਾਵੇ, ਅੱਲਾਹ ਪਾਕ ਉਹਨੇ ਸੇ। ਇਹ ਵੀ ਡਬਲ ਹੋਣੀ ਸਿਰਫ ਪਹਿਲਾ ਸੂਆ ਨਹੀਂ ਜੀ ਜੀ ਜੀ। ਇਹ ਬੋਲਾ ਕਿੰਨਾ ਦੇ ਰਹੀ ਹੈ ਜੀ? ਬੋਲਾ ਫਿਲਹਾਲ ਦੀ ਗੜੀ ਅਸੀਂ ਝੂਠ ਮਾਰੀ, ਉਹਦਾ ਫਾਇਦਾ ਕੋਈ 15 ਤੋਂ 16 ਲੀਟਰ ਹੈ ਜੀ। ਇਹ ਟੋਟਲ ਟੋਟਲ ਇਹ ਬੱਚੇ ਸਮੇਤ ਬੱਚੇ ਪਿਵਾ ਕੇ 15 ਤੋਂ 16 ਲੀਟਰ ਕੋਈ ਬਾਈ ਆ ਕੇ ਪੂਰਾ ਕਰੇ, ਅੱਗਾ ਇਜ਼ਾਫੀ ਵਧਣਾ ਘਟਣਾ ਤੇ ਨੇ ਇਸ ਨੇ। ਆਮ ਰੂਟੀਨ ਨਾਲ ਜਿਹੜਾ ਦੁੱਧ ਦੇ ਨਾਲ ਲੋਕਲ ਪੱਟੇ ਸਵਸ ਤੇ ਵੀ ਜੀ ਜੀ, ਉਮੀਦ ਬੜੀ 20 22 ਲੀਟਰ ਇਨਸ਼ਾਅੱਲਾ ਦੁੱਧ ਕਰ। ਠੀਕ ਜੀ ਭਾਈ ਹਰਮ, ਵੱਛੀ ਨੰਬਰ 1 ਦਾ ਰੇਟ ਜੀ? ਵੱਛੀ ਨੰਬਰ 1 ਦਾ ਰੇਟ ਹੈ, ਵੱਛੀ ਤੇ ਮੇਰੀ ਐਸਾ ਜੀ ਨਾ ਪੂਰੇ 3 ਲੱਖ ਤੇ 50 ਹਜ਼ਾਰ ਦੀ ਆਈ ਰੇਟ ਇਨਸ਼ਾਅੱਲਾ ਨਹੀਂ ਕਰਨੇ।
ਅੱਜ ਦੋਸਤਾਂ ਬਿਰਾਵਾਂ ਨੇ ਮਾਲ ਚੈੱਕ ਕਰਾਉਣਾ ਔਰ ਪਿਛਲੀ ਜਿਹੜੀ ਵੀਡੀਓ ਚੱਲੀ ਉਹਦੀ ਖੁਸ਼ੀ ਚ ਕਿ ਜਿਸ ਦੋਸਤ ਬਾਈ ਪਸੰਦ ਆਈ 3,15,000 ਦੀ ਫਾਈਨਲ ਦੇ ਛੋੜਦੇ 3,15,000 ਦੀ ਮਾਸ਼ਾਅੱਲਾ ਜੀ ਕੋਈ 1,00,000 ਦੀ ਵੱਛੀ ਜੀ 2,15,000 ਦੀ ਗਾਂ ਹੈ ਖਾਗੜ ਉਹ ਵੀ 2,50 ਦੀ ਆਉਂਦੀ ਜੀ ਖਾਗੜ ਗਾਂ ਉਹ ਵੀ 2,50 ਦੀ ਆਈ ਕੰਮ ਦੀ ਲੱਭਦੀ ਪਈ ਜੀ ਜੀ ਫਿਰ ਵੀ ਨਹੀਂ ਮناسب ਫਿਰ ਦੋਸਤ ਬਾਈ ਖੁਸ਼ ਹੋ 3,15,000 ਲੋਏ ਦੋਸਤੋ ਥਾਣੇ ਇੱਕ ਦਫਾ ਫੇਰ ਚੈੱਕ ਕਰ ਲੈਣੇ ਨੇ ਪਹਿਲਾ ਸੂਆ ਸੂਈ ਫਰੀਜ਼ੀਅਨ ਤੇ ਕੁਝ ਜਰਸੀ ਦਾ ਕਰਾਸ ਅਗੋ ਆ ਗਈ ਹੈ ਜੀ ਗਾਂ ਨੰਬਰ 2 ਮਾਸ਼ਾਅੱਲਾ ਜੀ ਪਹਿਲਨ ਵੱਛੀ ਐ ਚੈੱਕ ਕਰੋ ਜੀ ਮੁਕੰਮਲ ਤਸੱਲੀ ਕਰਾ ਦਿੰਨੇ ਆ ਵੱਛੀ ਨੰਬਰ 2 ਪਹਿਲਾ ਸੂਆ ਸੂਈ ਹੈ ਐ ਚੈੱਕ ਕਰੋ ਮਾਸ਼ਾਅੱਲਾ ਜੀ ਪਿੱਛੇ ਬੱਚਾ ਸੂਈਆਂ ਵੱਛੀ ਵੱਜੀ ਬੱਚਾ ਜੀ ਬੱਚਾ ਐ ਚੈੱਕ ਕਰ ਲਓ ਜੀ ਇਹ ਬਾਈ ਹੁਰਮ ਮੂੰਹ ਚ ਕਿੰਨੇ ਦੰਦ ਆ ਜੀ ਮੂੰਹ ਚ 24 ਤੋਂ ਛਿੱਗੀ ਹੋਣਾ 24 ਤੋਂ ਛਿੱਗੀ ਹੁੰਦੀ ਹੈ ਭਈ ਚਿਹਰੇ ਦੀ ਖੂਬਸੂਰਤੀ ਜ਼ਰਾ ਚੈੱਕ ਕਰਨੀ ਹੈ ਪ੍ਰਿੰਟ ਸੋਹਣਾ ਲੱਗਿਆ ਫਿਰ ਮਾਸ਼ਾਅੱਲਾ ਲਾਮ ਖੂਬਸੂਰਤੀ ਬਹੁਤ ਐ ਚੈੱਕ ਕਰੋ ਜੀ ਜਿਹੜੀ ਜਸਾਮਤ ਹੈ ਵੇ ਕੋਸ਼ਿਸ਼ ਕਰਾਂ ਦੇ ਕਿ ਉਹ ਹੀ ਦਸੀਏ ਪਹਿਲਾ ਸੂਆ ਸੂਈ ਹੈ 24 ਤੋਂ ਛਿੱਗੀ ਹੋ ਰਹੀ ਹੈ ਥਾਂ ਜ਼ਰਾ ਚੈੱਕ ਕਰ ਲੈਣੇ ਮਾਸ਼ਾਅੱਲਾ ਜੀ ਕਿੰਨੀਆਂ ਵਿਰਲਾਂ ਤੇ ਲੱਗੇ ਨੇ ਟੋਰੇ ਭਾਈ ਜਾਨ ਇਹ ਭਾਈ ਹਰਮ ਕਿਦਾਂ ਦੀ ਸੂਈ ਦਿਆ ਜੀ ਇਹ ਰਾਤ ਨੂੰ ਕੱਲ ਬੱਚੇ ਦਿੱਤਾ ਹੂੰ ਇਹ ਕਿੰਨੀਆਂ ਚੋਈਆਂ ਕੀਤੀਆਂ ਨੇ ਦੀਆਂ ਜੀ ਅਸੀਂ ਇਹਦੀਆਂ ਤਕਰੀਬਨ ਕੀਤੀ ਖਲਿਆ 5 ਇੱਕ ਜੀ ਠੀਕ ਹੈ 5 ਚੋਈ ਤੁਹਾਨੂੰ ਦੱਸਿਆ ਸਰ ਜੀ ਸਵੇਰ ਦਾ ਟਾਈਮ ਹੈ ਵੇਦੇ ਪਿਓ ਇਹ ਚੈੱਕ ਕਰ ਲਓ ਮਾਸ਼ਾਅੱਲਾ ਫੁੱਲ ਖਾਲੀ ਡੱਕਾ ਸ਼ੱਕ ਕਿਸੇ ਗਾਇਨ ਇਨਸ਼ਾਅੱਲਾ ਨੋਸ ਜ਼ਿੰਦਾਬਾਦ ਇਹ ਨਸਲ ਦੀ ਫਰੀਜ਼ੀਅਨ ਹੈ ਫਰੀਜ਼ੀਅਨ ਕੋਈ ਕ੍ਰਾਸ ਹੈ ਵਿੱਚ ਕੀ ਨਹੀਂ ਡੱਚ ਦਾ ਠੀਕ ਹੈ ਫਰੀਜ਼ੀਅਨ ਤੇ ਕੁਛ ਡੱਚ ਦਾ ਕ੍ਰਾਸ ਪਿੱਛੇ ਬੱਚਾ ਮਾਸ਼ਾਅੱਲਾ ਜੀ ਇਹ ਚੈੱਕ ਕਰੋ ਪਿੱਛੇ ਜਿਹੜਾ ਬੱਚਾ ਹੈ ਨਸਲ ਉਹਦੀ ਚੈੱਕ ਕਰ ਲੈਣੀ ਹੈ ਦੋਸਤਾਂ ਦੇ ਸਾਹਮਣੇ ਪਹਿਲਾ ਸੂਆ ਸੂਈ ਹੈ 24 ਤੋਂ ਛਿੱਗੀ ਹੋ ਰਹੀ ਹੈ ਬਾਈ ਹਰਮ ਕਿੰਨਾ ਬੋਲਾ ਦੇ ਰਹੀ ਹੈ ਜੀ ਬੋਲਾ ਸਰ ਜੀ ਇਹ ਦੇ ਰਹੀ ਫਿਲਹਾਲ ਦੀ ਗੜੀ 22 ਲੀਟਰ ਇਹ 22 ਲੀਟਰ ਬੱਚੇ ਨੂੰ ਪਿਲਾ ਕੇ ਜਾਂ ਬੱਚੇ ਸਮੇਤ ਜੀ ਬੱਚੇ ਨੂੰ ਪਿਵਾ ਕੇ ਸਰ ਬੱਚੇ ਨੂੰ ਪਿਲਾ ਕੇ ਇਹ ਚੈੱਕ ਕਰ ਲਓ ਜੀ ਫਰੀਜ਼ੀਅਨ ਤੇ ਕੁਝ ਡੱਚ ਦਾ ਕ੍ਰਾਸ ਪਿੱਛੇ ਦੇ ਬੱਚਾ ਵੱਛੀ ਨੰਬਰ 2 ਮੁਕੰਮਲ ਜਸਮ ਚੈੱਕ ਕਰ ਲੈਣੀ ਹੈ ਮਾਸ਼ਾਅੱਲਾ ਜੀ ਸੋਹਣੀ ਚੀਜ਼ ਹੈ ਥਾਣੇ ਇੱਕ ਦਫਾ ਫੇਰ ਚੈੱਕ ਕਰਾ ਦਿੰਨੇ ਆ ਲੋਏ ਦੋਸਤਾ ਚੈੱਕ ਕਰ ਲਓ ਮਾਸ਼ਾਅੱਲਾ ਜੀ ਜੀ ਭਾਈ ਹੁਰਮ ਇਹ ਜ਼ਰਾ ਜ਼ਿਆਦਾ ਮੈਂ ਚੈੱਕ ਕਰਾਵਾਂ ਇਹ ਨਾੜੂ ਵੀ ਸਾਹਮਣੇ ਨਜ਼ਰ ਆ ਰਿਹਾ ਲਓ ਭਾਈ ਹੁਰਮ ਵੱਛੀ ਨੰਬਰ 2 ਦਾ ਰੇਟ ਜੀ ਰੇਟ ਆ ਜੀ ਕਰਨਾ ਜੀ ਦਾ ਪੂਰਾ 4.5 ਲੱਖ ਰੁਪਈਆ ਬਲਕਿ ਅੱਜ ਉਹ ਗੱਲ ਨਹੀਂ ਕਰਨੀ ਇਨਸ਼ਾਅੱਲਾ ਜਿਸ ਬੰਦੇ ਬਾਈ ਪਹਿਲੀ ਕਾਲ ਤੇ ਸਨ ਕਾਲ ਕਰਨੀ ਨਾ ਜੀ ਉਹ ਸਾਗਣਾ ਕਿ ਬਸ ਇਹ ਮੇਰੀ ਹੋ ਗਈ ਛਿੱਕ ਕੇ ਰੇਟ ਲੈਂਦੇ ਪਿਆ ਫਾਈਨਲ ਰੇਟ ਲੈਂਦੇ ਪਿਆ ਇਹ ਜਿਸ ਬਾਈ ਦੋਸਤ ਨੂੰ ਪਸੰਦ ਆਈ 4,50,000 ਦੀ ਇਹ ਦੇ ਦੇ ਸਾਂ 4,50,000 ਵੈੜ ਮੇਰੀ 4.5 ਦੀ ਹੈ ਪਹਿਲਾ ਸੂਆ ਕਦ ਵੇਖੋ ਨਾ ਜੀ ਇਹ ਚੈੱਕ ਕਰੋ ਜੀ ਮੁਕੰਮਲ ਹਾਈਟ ਚੈੱਕ ਕਰ ਲੈਣੀ ਇਹ ਚੈੱਕ ਕਰ ਲਓ ਜੀ ਮੁਕੰਮਲ ਨਜ਼ਾਰੇ ਕਰੋ ਵੱਛੀ ਨੰਬਰ 2 ਸੀ ਪਹਿਲਾ ਸੂਆ ਸੂਈ ਹੈ ਰੇਟ ਦਾ 4,50,000 ਪਿੱਛੇ ਦੇ ਬੱਚਾ ਅਗੂ ਭਾਈ ਲੈ ਕੇ ਆਓ ਜੀ ਵੱਛੀ ਨੰਬਰ 3 ਲੋ ਜੀ ਦੋਸਤੋ ਚੈੱਕ ਕਰੋ ਮਾਸ਼ਾਅੱਲਾ ਜੀ ਗਾਂ ਨੰਬਰ 3 ਮੁਕੰਮਲ ਜਸਾਮਤ ਦੋਸਤਾਂ ਦੇ ਸਾਹਮਣੇ ਚਿਹਰੇ ਦੀ ਖੂਬਸੂਰਤੀ ਚੈੱਕ ਕਰ ਲੈਣੀ ਹੈ ਭਾਈ ਹਰਮ ਗੱਬਨ ਹੈ ਜੀ ਗੱਬਨ ਟੋਰੇ ਭਾਈ ਜਾਨ ਇਹ ਕਿੰਨਵਾ ਸੂਆ ਹੈ ਦਾ ਜੀ ਦੂਸਰਾ ਲੋਏ ਦੋਸਤੋ ਚੈੱਕ ਕਰੋ ਜੀ ਦੂਸਰਾ ਸੂਆ ਨੇ ਸੁਣਿਆ ਦਿਨ ਕਿੰਨੇ ਕਲੈਰੀ ਜੇ ਜੀ ਦਿਨ ਇਸ ਲੈ ਵੈਣ ਸਰ ਜੀ ਥੋੜੇ ਤੋਂ ਥੋੜੇ ਵੀ 7 ਤੋਂ 8 ਦਿਹਾੜੇ ਠੀਕ 7 ਤੋਂ 8 ਦਿਨ ਲੈ ਰਹੀ ਹੈ ਲੇਕਿਨ ਜਿਹੜੇ ਦਿਨ ਹੁੰਦੇ ਨੇ ਫਿਕਸ ਨਹੀਂ ਹੁੰਦੇ ਕੋਈ 2-4 ਦਿਨ ਉੱਤੇ ਥੱਲੇ ਹੋ ਸਕਦੇ ਨੇ ਜਿਹੜੀ ਸਾਹਮਣੇ ਐਵੇਂ ਛੋਟੀ ਜੀ ਬੱਚੀ ਨਜ਼ਰ ਆ ਰਹੀ ਹੈ ਬੰਦ ਹੈ ਨਾ ਜੀ ਜੀ ਇਹ ਬੰਦ ਹੈ ਛੋਟੀ ਮਮੂਲੀ ਆ ਬਿਲਕੁਲ ਛੋਟੀ ਜੀ ਨਾ ਹੁੰਦੇ ਬਰਾਬਰ ਇਹ ਵਜ਼ਾਹਤ ਕਰ ਦਿੱਤੀ ਆ ਕਿ ਬੰਦ ਹੈ ਜੀ ਜੀ ਇਹ ਨਸਲ ਦੀ ਭਾਈ ਹੁਰਮ ਜੀ ਫਰੀਜ਼ੀਅਨ ਡੱਚ ਫਰੀਜ਼ੀਅਨ ਤੇ ਡੱਚ ਦੂਸਰਾ ਸੂਆ ਨੇ ਸੁਣਾ 7 ਤੋਂ 8 ਦਿਨ ਲੈ ਰਹੀ ਹੈ ਮੂੰਹ ਚ 6 ਦੰਦ ਐ ਚੈੱਕ ਕਰੋ ਜੀ ਮਾਸ਼ਾਅੱਲਾ ਗੁੱਲ ਜ਼ਰਾ ਚੈੱਕ ਕਰ ਲੈਣੇ ਨੇ ਸੋਹਣੇ ਗੁੱਲ ਲੱਗੇ ਨੇ ਵਿਰਲਾ ਦੋਸਤਾਂ ਦੇ ਸਾਹਮਣੇ ਫਰੀਜ਼ੀਅਨ ਤੇ ਡੱਚ ਦਾ ਕ੍ਰਾਸ ਮੁਕੰਮਲ ਜਸਾਮਤ ਦੋਸਤਾਂ ਦੇ ਸਾਹਮਣੇ ਗਾਂ ਨੰਬਰ 3 ਸੀ ਜੀ ਭਾਈ ਹੁਰਮ ਗਾਂ ਨੰਬਰ 3 ਦਾ ਰੇਟ ਕਿ ਜਿਹੜੇ ਅਸੀਂ ਦੱਸਦੇ ਆ ਨਾ ਪਹਿਲਾ ਦੂਸਰਾ ਸੂਆ ਸਾਡੇ ਕੋਲ ਕੋਈ ਤੀਸਰੇ ਔਰ ਚੌਥੇ ਸੂਏ ਵਾਲੀ ਨਹੀਂ ਹੁੰਦੀ ਠੀਕ ਹੋ ਗਿਆ ਨਾ ਅਸੀਂ ਕਦੀ ਲਈਏ ਜੀ 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 ਨਾ ਕੋਈ ਬੁੱਢੀ ਆਉਣੀ ਹੈ ਨਾ ਕੋਈ ਚੱਡੇ ਜਿਹੜੇ ਥੱਲੇ ਹੁੰਦੇ ਨਾ ਲਟਕਾਵੇਂ ਨਹੀਂ ਹੁੰਦੇ ਇਹ ਜਿਸ ਦੋਸਤ ਬਾਈ ਨੂੰ ਪਸੰਦ ਆਈ ਨਾ ਜੀ ਫਾਈਨਲ ਫਾਈਨਲ ਰੇਟ ਹੈ ਮناسب ਬਿਲਕੁਲ 4,75,000 ਦੀ ਦੇ ਦੇਣੀ 4,75,000 ਯਾਨੀ 4.5 ਲੱਖ ਹੋ ਗਏ ਦੁੱਧ ਕਰਸੀ ਇਨਸ਼ਾਅੱਲਾ ਕੰਮ ਤੋਂ ਕੰਮ ਵੀ 35 ਤੋਂ 36 ਪਹਿਲੇ ਸੂਏ 32 ਲੀਟਰ ਦਾ ਰਿਕਾਰਡ ਰਿਹਾ ਰਿਹਾ ਠੀਕ ਹੈ ਟੋਰੋ ਭਾਈ ਜਾਨ ਹਾਂ ਕੱਚੀ ਲੋਏ ਦੋਸਤੋ ਚੈੱਕ ਕਰ ਲਓ ਜੀ 7 ਤੋਂ 8 ਦਿਨ ਲੈ ਰਹੀ ਹੈ ਦੂਸਰਾ ਸੂਆ ਨੇ ਸੁਣਿਆ ਫਰੀਜ਼ੀਅਨ ਤੇ ਕੁਛ ਡੱਚ ਦਾ ਕ੍ਰਾਸ ਮਾਸ਼ਾਅੱਲਾ ਜੀ ਮੂੰਹ ਚ 6 ਦੰਦ ਗਾਂ ਨੰਬਰ 3 ਸੀ ਅਗੂ ਭਾਈ ਲੈ ਕੇ ਆਓ ਗਾਂ ਨੰਬਰ 4 ਅਗੂ ਲਿਆਓ ਗਾਂ ਨੰਬਰ 4 ਕਿਹੜੀ ਭਾਈ ਹੁਰਮ ਉਹ ਭਾਈ ਰਿਗੇਨ ਲੈਣ ਜੀ ਠੀਕ ਹੈ ਕੋਸ਼ਿਸ਼ ਕਰੋ ਕੋ ਜਾਨਵਰ ਰੈਡੀ ਹੋਏ ਟੋਟਲ 8 ਨੇ ਜੀ ਲੋ ਦੋਸਤੋ ਚੈੱਕ ਕਰੋ ਜੀ ਗਾਂ ਨੰਬਰ 4 ਪਹਿਲਨ ਮਾਸ਼ਾਅੱਲਾ ਜੀ ਇਹਨੂੰ ਵੱਛੀ ਕਹੋ ਜੀ ਨੰਬਰ 4 ਤੇ ਇਹ ਵੱਛੀ ਹੈ ਇਹ ਅਭੀ ਗੱਪਣ ਹੈ ਠੀਕ ਹੈ ਇਹ ਚੈੱਕ ਕਰ ਲਓ ਮਾਸ਼ਾਅੱਲਾ ਜੀ ਵੱਛੀ ਨੰਬਰ 4 ਤੇ ਜ਼ਰਾ ਕੱਦ ਚੈੱਕ ਕਰਨਾ ਹੈ ਮਾਸ਼ਾਅੱਲਾ ਜੀ ਪਹਿਲਨ ਵੱਛੀ ਹੈ ਤੇ ਸੋਹਣਾ ਕੱਦ ਲੱਗਿਆ ਇਹ ਚੈੱਕ ਕਰੋ ਜੀ ਮੁਕੰਮਲ ਜਸਾਮਤ ਕੱਦ ਬੁੱਤ ਵੇਖ ਲੈਣਾ ਪ੍ਰਿੰਟ ਮਾਸ਼ਾਅੱਲਾ ਜੀ ਘਰ ਘਰ ਨਹੀਂ ਜੰਮਦੀ ਹਾਂਜੀ ਚੈੱਕ ਮਾਸ਼ਾਅੱਲਾ ਜੀ ਪਹਿਲਨ ਦੋਸਤ ਹੋਰ ਵੀ ਵੇਖਦੇ ਨੇ ਲੇਕਿਨ ਇਹ ਜਿਹੜੀ ਪਹਿਲਨ ਹੈ ਇਹ ਵੀ ਚੈੱਕ ਕਰਨੀ ਹੈ ਇਹ ਚੈੱਕ ਕਰੋ ਮਾਸ਼ਾਅੱਲਾ ਜੀ ਸੋਹਣੀਆਂ ਵਿਰਲਾਂ ਤੇ ਥਣ ਲੱਗੇ ਨੇ ਪਹਿਲਾ ਸੂਆ ਨੇ ਸੋਣਾ ਹੈ ਬਾਈ ਹਰਮ ਕਿੰਨੇ ਦਿਨ ਲੈ ਰਹੀ ਹੈ ਇਸ ਵੱਛੀ ਲੈ ਵੈਣ 10 ਦਿਹਾੜੇ 10 ਕੇ ਦਿਨ ਲੈ ਰਹੀ ਹੈ ਮਾਸ਼ਾਅੱਲਾ ਜੀ ਲਬਾਸ ਜ਼ਰਾ ਚੈੱਕ ਕਰੋ ਇਹ ਚੈੱਕ ਕਰੋ ਜੀ ਤੇ ਹਾਈਟ ਦੀ ਵੇਖਣੀ ਹੈ ਪਹਿਲਨ ਵੱਛੀ
ਤੇ ਮੂੰਹ ਚ ਕਿੰਨੇ ਦੰਦ ਹੈ ਜੀ ਮੂੰਹ ਚਾਰ ਮੂੰਹ ਚ ਚਾਰ ਦੰਦ ਛਿੱਗੀ ਤੇ ਨਹੀਂ ਹੋ ਰਹੀ ਹਲੇ ਚੋਗੀ ਹੈ ਚਿਹਰਾ ਸਾਹਮਣੇ ਕਰਿਓ ਲੋ ਜੀ ਦੋਸਤੋ ਚੈੱਕ ਕਰੋ ਜੀ ਹਾਈਟ ਦੀ ਵੇਖ ਲੈਣੀ ਹੈ ਸੋਹਣੀ ਹਾਈਟ ਮੂੰਹ ਚ ਚਾਰ ਦੰਦ ਪਹਿਲਾ ਸੁਣ ਨੇ ਸੁਣਾ ਕੋਈ 10 ਕਿ ਦਿਨ ਲੈ ਰਹੀ ਹੈ ਥਾਣੇ ਇੱਕ ਦਫਾ ਫੇਰ ਚੈੱਕ ਕਰ ਲੋ ਟੋਰੇ ਭਾਈ ਜਨਲ ਕਾ ਜਾ ਅਗੂ ਗਾਂ ਨੰਬਰ 5 ਰੈਡੀ ਰੱਖੋ ਤੁਸੀਂ ਇਹ ਚੈੱਕ ਕਰ ਲੋ ਮਾਸ਼ਾਅੱਲਾ ਜੀ ਮੁਕੰਮਲ ਨਜ਼ਾਰੇ ਕਰ ਲੈਣੇ ਨੇ ਵੱਛੀ ਨੰਬਰ 4 ਮੂੰਹ ਚ ਹੀ ਚਾਰ ਦੰਦ ਪਹਿਲਾ ਸੁਣ ਨੇ ਸੁਣਾ 10 ਕਿ ਦਿਨ ਲੈ ਰਹੀ ਹੈ ਭਾਈ ਹਰਮ ਨਸਲ ਹੈ ਦੀ ਜੀ ਨਸਲ ਫਰੀਜ਼ੀਅਨ ਫਰੀਜ਼ੀਅਨ ਹਾਲਸਟੇਨ ਫਰੀਜ਼ੀਅਨ ਠੀਕ ਹੈ ਇਹ ਵੀ ਸੀਲ ਸ਼ਰੀਫ ਆ ਸ਼ਰਾਫਤ ਜ਼ਰਾ ਚੈੱਕ ਕਰ ਲੋ ਮਾਸ਼ਾਅੱਲਾ ਜੀ ਮਾਸ਼ਾਅੱਲਾ ਥੱਲੇ ਬਾਵੀਂ ਕੋਈ ਬੱਚਾ ਬੈਠਾ ਇਹ ਚੈੱਕ ਕਰ ਲੋ ਜੀ ਠੀਕ ਹੈ ਭਾਈ ਜਾਨ ਅੱਛੀ ਬੈਠ ਜੀ ਭਾਈ ਹਰਮ ਵੱਛੀ ਨੰਬਰ 4 ਦਾ ਰੇਟ ਵੱਛੀ ਤਾਂ ਮਾਸ਼ਾਅੱਲਾ ਪੂਰੇ 6 ਲੱਖ ਦੀ ਜਿਵੇਂ ਰੇਟ ਦੋਸਤ ਬਾਈ ਕਰਦੇ ਨੇ ਬਲਕਿ ਅਸੀਂ ਉਹ ਗੱਲ ਨਹੀਂ ਕਰਨੀ ਜੀ 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 ਠੀਕ ਹੋ ਗਿਆ ਬਕਾਇਆ ਜਿਹੜੇ ਵਪਾਰੀ ਭਾਈ ਹੁੰਦੇ ਨੇ ਜੀ ਉਹ ਭਾਈ ਹੁੰਦੇ ਨੇ ਜੀ ਜੀ ਕਿਸੇ ਦੀ ਕੋਈ ਗੱਲ ਨਹੀਂ ਕਰਨੀ ਚਾਹੀਦੀ ਵਪਾਰੀ ਹਜ਼ਰਾਤ ਤੇ ਬਿਲਕੁਲ ਜੀ ਹਰ ਇੱਕ ਬੰਦੇ ਦਾ ਆਪਣੀ ਸੋਚ ਕੋਈ ਕੰਮ ਕਰੇ ਕੰਮ ਕਰਕੇ ਵਿਖਾਏ ਨਾ ਜਦਵਾਰ ਇਹ ਉਹ ਜੇ ਲੈ ਆਵੇ ਉਹ ਵਿਖਾਏ ਗੱਲਾਂ ਨਾਲ ਤੇ ਪਹਾੜ ਵੀ ਬੰਦਾ ਡਾਚ ਮੈਂ ਆਖਾਂ ਜੀ ਮੈਂ ਰਾਤੀ ਕਰਾਚੀ ਅਪੜ ਗਿਆ ਜੀ ਜੀ ਤੇ ਮੈਂ ਵਧੋ ਇੱਥੇ ਆ ਗੱਲ ਇਹ ਵੇ ਕਿ ਜੀ ਵੱਛੀ ਮੇਰੇ ਪੂਰੇ 6 ਲੱਖ ਦੀ ਜੀ ਜੀ ਗੱਲਾਂ ਨਹੀਂ ਕਰਨੀਆਂ ਜਿਸ ਦੋਸਤ ਭਾਈ ਨੂੰ ਪਸੰਦ ਆਈ ਇਹ ਛਿੱਕ ਕੇ ਰੇਟ ਪੇ ਲੈਣਾ ਪੂਰੇ 5 ਲੱਖ ਦੀ ਵੱਛੀ ਦੇ ਦੇ ਠੀਕ ਹੈ ਨੰਬਰ 4 ਰੇਟ ਦਾ ਲਾਇਆ ਭਾਈ ਹਰਮ ਨੇ 5 ਲੱਖ ਅਗੋ ਆ ਗਈ ਇੱਕ ਵਾਰੀ ਠੀਕ ਐ ਲੋ ਜੀ ਦੋਸਤੋ ਇੱਕ ਦਫਾ ਫੇਰ ਨਜ਼ਾਰਾ ਕਰ ਲੋ ਚੀਜ਼ ਚੰਗੀ ਹੈ ਚੀਜ਼ ਚੰਗੀ ਹੋਏ ਤੇ ਦਿਲ ਆਈ ਕਰਦਾ ਕਿ ਬਾਰ-ਬਾਰ ਇਹਨੂੰ ਚੈੱਕ ਕਰਾਈਏ ਵੱਛੀ ਨੰਬਰ 4 ਸੀ ਐ ਮੇਰੀ ਸਭ ਤੋਂ ਫੇਵਰਟ ਮੈਸੇਜ ਪਸੰਦ ਵੱਛੀ ਨੂੰ ਜੀ ਜੀ ਐ ਚੈੱਕ ਕਰ ਲੋ ਮਾਸ਼ਾਅੱਲਾ ਫਿਰ ਐ ਬਿਲਕੁਲ ਨਹੀਂ ਸ਼ਰਾਫਤ ਸ਼ਰਾਫਤ ਮਾਸ਼ਾਅੱਲਾ ਨਹੀਂ ਹੈ ਠੀਕ ਹੈ ਜਾਲਰ ਨਹੀਂ ਹੈ ਉਹ ਨਵਾਬ ਚੀਜ਼ ਹੈ ਬਿਲਕੁਲ ਜੀ ਇਹ ਅਗੂ ਆ ਗਈ ਹੈ ਜੀ ਗਾਂ ਨੰਬਰ 5 ਲੋ ਦੋਸਤੋ ਚੈੱਕ ਕਰੋ ਜੀ ਗਾਂ ਨੰਬਰ 5 ਪਿੱਛੇ ਜਾ ਵੱਛੀ ਸੂ ਜੀ ਇਹ ਸੋਭਾ ਸੋਈ ਵੱਛਾ ਜਾਇਆ ਇਹ ਪਿੱਛੇ ਵੱਛਾ ਸੂ ਵੱਛਾ ਇਹ ਚੈੱਕ ਕਰੋ ਜੀ ਕੱਚਾ ਨਾੜੂ ਸਾਹਮਣੇ ਵੱਛਾ ਬਿਲਕੁਲ ਨਹੀਂ ਕੱਚਾ ਇਹ ਚੈੱਕ ਕਰ ਲੋ ਜੀ ਇਹ ਪਿੱਛੇ ਵੱਛਾ ਗਾਂ ਨੰਬਰ 5 ਬਿਲਕੁਲ ਜੀ ਚੁਆਈ ਕੀਤੀ ਖਾਲੀ ਕੀਤੀ ਇਹ ਨਾ ਵੀਡੀਓ ਹੀ ਬਣਾਉਣੇ ਤੇ ਸਿਰਫ ਇਹ ਵੇਖ ਚਲੋ ਦੁਨੀਆ ਦੀ ਵੀਡੀਓ ਬਣਨੀ ਪਈ ਦੀ ਬਣ ਜੀ ਬਿਲਕੁਲ ਟੋਟਲ ਹੈ ਠੀਕ ਇਹ ਚੈੱਕ ਕਰ ਲੋ ਜੀ ਖਾਲੀ ਕਰ ਛੱਡ ਇਹ ਭਾਈ ਹੋਰ ਮੈਂ ਇੱਕੀ ਦੀ ਚੁਆਈ ਹੋਈ ਹੈ ਇੱਕ ਚੁਆਈ ਚ ਬੱਚੇ ਨੂੰ ਪਲਾ ਕੇ ਕਿੰਨਾ ਬੋਲਾ ਕੱਢਿਆ ਨਾ ਦੋ ਚੁਆਈਆਂ ਕੀਤੀਆਂ ਜੀ ਜਿਹੜਾ ਬੋਲਾ ਬੋਲਾ 22 ਲੀਟਰ ਬੋਲਾ ਕੱਢਿਆ ਅੱਗੋਂ ਹੁਣ ਸ਼ਾਮ ਦੀ ਕਰਨੀ ਤੇ ਫਿਰ ਦੱਸਣਾ ਝੂਠ ਨਹੀਂ ਬੋਲਣਾ ਜੀ ਠੀਕ ਹੈ ਦੋ ਚੁਆਈਆਂ ਕੀਤੀਆਂ ਨੇ ਦੋ ਚੁਆਈਆਂ ਕੀ ਠੀਕ ਐ ਚੈੱਕ ਕਰ ਲਓ ਜੀ ਸੂਆ ਕਿੰਨਵਾ ਸੋਈ ਜੀ ਜੀ ਸੂਆ ਦੂਸਰਾ ਸਰ ਦੂਸਰਾ ਸੂਆ ਸੋਈ ਹੈ ਦੋ ਚੁਆਈਆਂ ਦੀ ਹੋਈਆਂ ਨੇ ਪਿੱਛੇ ਜਾ ਦੇ ਬੱਚਾ ਇਹ ਉਹ ਵੀ ਚੈੱਕ ਕਰਾ ਦਿੱਤਾ ਐ ਚੈੱਕ ਕਰ ਲਓ ਮਾਸ਼ਾਅੱਲਾ ਜੀ ਚੁਆਈ ਦੀ ਹੋ ਗਈ ਹੈ ਦੋ ਚੁਆਈਆਂ ਕੀਤੀਆਂ ਨੇ ਪਿੱਛੇ ਦੇ ਬੱਚਾ ਉਹ ਵੀ ਚੈੱਕ ਕਰਾ ਦਿੱਤਾ ਅੱਜ ਹੀ ਸੋਈ ਹੈ ਬਾਈ ਹੁਰਮ ਮੂੰਹ ਚ ਕਿੰਨੇ ਦੰਦ ਆ ਜੀ ਮੂੰਹ ਚ ਉਹ ਸਰ ਜੀ 6 ਦੰਦ ਮੈਂ ਚੈੱਕ ਕਰਾ ਦਿੰਦਾ ਮਾਲਕਾ ਪਹਿਲਾਂ ਦੱਸੀ ਅਸੀਂ ਦੂਜਣ ਬਣਾਈ ਜੀ ਮੂੰਹ 6 ਦੰਦ ਠੀਕ ਹੈ ਇਹਦੇ ਪਏ ਉਹਨਾਂ ਜੀ ਇਹ ਚੈੱਕ ਕਰ ਲਓ ਪੂਰੇ 6 ਦੰਦ ਠੀਕ ਹੈ ਅਸੀਂ ਬਣਾਈ ਦੂਜਣ ਇਸ ਵਾਸਤੇ ਕਿ ਜੀ ਹੈ ਜੇ 6 ਦੰਦ ਠੀਕ ਹੈ ਪਿੱਛੇ ਆ ਬੱਚਾ ਬੱਚੇ ਦਾ ਚਿਹਰਾ ਵੀ ਚੈੱਕ ਕਰ ਲਓ ਗਾਂ ਨੰਬਰ 5 ਦੂਸਰਾ ਸਵਾਲ ਸੋਈ ਹੈ ਮੂੰਹ ਚ 6 ਦੰਦ ਥਾਣੇ ਇੱਕ ਦਫਾ ਫੇਰ ਚੈੱਕ ਕਰ ਲੈਣੇ ਟੋਰੇ ਭਾਈ ਜਾਨ ਨਸਲ ਦੀ ਬਾਈ ਹੁਰਮ ਜੀ ਨਸਲ ਦੀ ਫਰੀਜ਼ੀਅਨ ਤੇ ਜਰਸੀ ਹੈ ਫਰੀਜ਼ੀਅਨ ਤੇ ਕੁਝ ਜਰਸੀ ਦਾ ਕ੍ਰਾਸ ਥਾਣੇ ਜ਼ਰਾ ਚੈੱਕ ਕਰਨੇ ਟੋਰੇ ਭਾਈ ਜਾਨ ਥੋੜਾ ਜਿਹਾ ਅੱਗੇ ਲੋ ਜੀ ਦੋਸਤਾਂ ਚੈੱਕ ਕਰ ਲਓ ਜੀ ਵਿਰਲਾ ਦੋਸਤਾਂ ਦੇ ਸਾਹਮਣੇ ਦੂਸਰਾ ਸਵਾਸ ਹੋਈ ਜਨਵਾਰ ਆਉਂਦੇ ਪਿੰਨਾ ਥਾਵਾਂ ਤੋਂ ਇੱਕ ਕਿਸੇ ਡੇਰੇ ਤੋਂ ਡੁੱਡਿਆ ਇੱਕ ਕਿਸੇ ਡੇਰੇ ਤੋਂ ਜੀ ਜੀ ਥੋੜੇ ਜਨਵਾਰ ਡਰਦੇ ਨੋ ਝਕਦੇ ਨੋ ਕਿਸੇ ਇੱਕ ਦੀ ਆ ਗਿਆ ਠੀਕ ਜਗ੍ਹਾ ਤੇ ਆ ਆਓ ਭਾਈ ਹਰਮ ਗਾਂ ਨੰਬਰ 5 ਦਾ ਰੇਟ ਲਾਓ ਜੀ ਜੀ ਰੇਟ ਤਾਂ ਲਾਈਏ ਤੇ ਸਰ ਜੀ ਇਹਦਾ ਰੇਟ 4.5 ਲੱਖ ਰੁਪਈਆ ਆਈ ਰੇਟ ਨਹੀਂ ਲਾਉਣੇ ਜੀ ਜੀ ਇਹ ਜਿਸ ਦੋਸਤ ਬਾਈ ਨੂੰ ਪਸੰਦ ਆ ਗਈ ਨਾ ਜੀ 3,60,000 ਦੀ 3,60,000 ਠੀਕ ਹੈ ਗਾਂ ਨੰਬਰ 5 ਸੀ ਫਰੀਜ਼ੀਅਨ ਤੇ ਜਰਸੀ ਕ੍ਰਾਸ ਦੂਸਰਾ ਸਵਾ ਸੋਈ ਹੈ 3,60,000 ਅੱਗੇ ਚੈੱਕ ਕਰੋ ਮਾਸ਼ਾਅੱਲਾ ਜੀ ਪ੍ਰਿੰਟ ਵੇਖਣਾ ਵਾਈਟ ਕਲਰ ਜ਼ਿਆਦਾ ਗਾਂ ਨੰਬਰ 6 ਪਹਿਲਾਂ ਨਹੀਂ ਅਭੀ ਜੀ ਪਹਿਲਾਂ ਪਹਿਲਾਂ ਮਾਸ਼ਾਅੱਲਾ ਚੈੱਕ ਕਰੋ ਜੀ ਵੱਛੀ ਹੈ ਜੀ ਨੰਬਰ 6 ਤੇ ਚੈੱਕ ਕਰਾਣਾ ਪੇ ਖਿਲਾ ਰਿਓ ਭਾਈ ਇੱਥੇ ਵੱਛਾ ਵੱਛਾ ਆ ਪਿੱਛੇ ਵੱਛਾ ਐ ਚੈੱਕ ਕਰੋ ਮਾਸ਼ਾਅੱਲਾ ਜੀ ਪਹਿਲਾਂ ਵੱਛੀ ਪ੍ਰਿੰਟ ਜ਼ਰਾ ਵੇਖਣਾ ਲਾਮ ਦੋਸਤਾਂ ਦੇ ਸਾਹਮਣੇ ਪਹਿਲਾ ਸਵਾ ਸਹੀ ਹੈ ਪਿੱਛੇ ਦੇ ਬੱਚਾ ਤੇ ਬੱਚੇ ਦਾ ਨਾੜੂ ਚੈੱਕ ਕਰੋ ਜੀ ਨਜ਼ਰ ਆ ਰਿਹਾ ਭਾਈ ਜਾਨ ਬੱਚੇ ਦਾ ਚਿਹਰਾ ਸਾਹਮਣੇ ਕਰਿਓ ਐ ਚੈੱਕ ਕਰ ਲਓ ਮਾਸ਼ਾਅੱਲਾ ਜੀ ਬੱਚਾ ਵੀ ਸੋਹਣਾ ਬ੍ਰਾਹਮਣ ਅਸਲ ਬ੍ਰਾਹਮਣ ਨੇ ਅਸਲ ਬ੍ਰਾਹਮਣ ਐ ਚੈੱਕ ਕਰ ਲਓ ਜੀ ਬ੍ਰਾਹਮਣ ਅਸਲ ਬ੍ਰਾਹਮਣ ਹੈ ਇਹਦੇ ਪਏ ਬਿਲਕੁਲ ਐ ਚੈੱਕ ਕਰ ਲਓ ਨਵੇਂ ਲੋ ਜੀ ਦੋਸਤੋ ਲੰਮਾ ਪੂੰਬਲੀ ਹੈ ਲੰਮੀ ਉਸੇ ਠੀਕ ਹੈ ਬਾਤ ਰੰਗ ਪ੍ਰਿੰਟ ਵੇਖੋ ਪ੍ਰਿੰਟ ਮਾਸ਼ਾਅੱਲਾ ਜੀ ਸੋਹਣਾ ਐ ਚੈੱਕ ਕਰ ਲਓ ਜੀ ਨਾੜੂ ਸਾਹਮਣੇ ਨਜ਼ਰ ਆ ਰਿਹਾ ਵੱਛੀ ਨੰਬਰ 6 ਪਹਿਲਾ ਸਵਾ ਸੋਈ ਹੈ ਬਾਈ ਹਰਮ ਕਿਦਾਂ ਦੀ ਸੋਈ ਜੇ ਜੀ ਇਹ ਸੋਈ ਆਈ ਜੀ ਕੀ ਬੰਦਾ ਦੂਸਰਾ ਦਿਨ ਨੇ ਦੂਸਰਾ ਦਿਨ ਨੇ ਬੋਲੇ ਤੇ ਵਟੋਰੇ ਭਾਈ ਜਾਨ ਇਹ ਵੱਛੀ ਨੰਬਰ 6 ਪਿੱਛੇ ਦੇ ਬੱਚਾ ਉਹ ਵੀ ਚੈੱਕ ਕਰਾ ਦਿੱਤਾ ਤੇ ਪਹਿਲਾ ਸਵਾ ਸੋਈ ਹੈ ਦੂਸਰਾ ਦਿਨ ਨੇ ਬਾਈ ਹਰਮ ਕਿੰਨਾ ਬੋਲਾ ਦੇ ਰਹੀ ਹੈ ਜੀ ਬੋਲਾ ਫਿਲਹਾਲ ਜਿਹੜਾ ਚੱਲਦਾ ਪਿਆ ਉਹ ਇੱਥੇ ਚੱਲਦਾ ਪਿਆ 18 ਕਿਲੋ 18 ਕਿਲੋ ਬੱਚੇ ਨੂੰ ਪਲਾ ਕੇ ਜਾਂ ਬੱਚੇ ਸਮੇਤ ਠੀਕ ਹੈ ਬੱਚੇ ਨੂੰ ਪਲਾ ਕੇ ਦੋਵਾਂ ਟਾਈਮਾਂ ਦਾ 18 ਕਿਲੋ ਲੋ ਜੀ ਦੋਸਤੋ ਥਾਣੇ ਇੱਕ ਦਫਾ ਚੈੱਕ ਕਰ ਲੈਣੇ ਨੇ ਨਸਲ ਦੀ ਭਾਈ ਹੁਰਮ ਜੀ ਨਸਲ ਜਿਹੜੀ ਦੀ ਉਹ ਫਰੀਜ਼ੀਅਨ ਹੈ ਜੀ ਫਰੀਜ਼ੀਅਨ ਫਰੀਜ਼ੀਅਨ ਠੀਕ ਹੈ ਮੂੰਹ ਚ ਕਿੰਨੇ ਦੰਦ ਜੀ ਮੂੰਹ ਚ ਛਿੱਗੀ ਮੂੰਹ ਚ 6 ਦੰਦ ਪਹਿਲਾ ਸੋ ਪੱਕੀ ਛਿੱਗੀ ਨਹੀਂ ਹੁੰਦੀ ਪਈ ਠੀਕ ਹੈ ਛਿੱਗੀ ਹੁੰਦੀ ਹੈ ਵੀ ਆ ਚੈੱਕ ਕਰ ਲੋ ਜੀ ਇਹ ਫਰੀਜ਼ੀਅਨ
ਤੇ ਪਿੱਛੇ ਦੇ ਬੱਚਾ ਉਹ ਵੀ ਚੈੱਕ ਕਰਾ ਦਿੱਤਾ ਪਹਿਲਾ ਸੁਆ ਸੂਈ ਹੈ ਫੁੱਲ ਚੁਆਈ ਖਾਲੀ ਠੀਕ ਹੈ ਚੈੱਕ ਕਰ ਲਓ ਜੀ ਮਾਸ਼ਾ ਅੱਲਾ ਠੀਕ ਹੈ ਜੀ ਭਾਈ ਹੋਰ ਵੱਛੀ ਨੰਬਰ 6 ਦਾ ਰੇਟ ਸਰ ਜੀ ਰੇਟ ਅੱਜ ਕੋਈ ਨਹੀਂ ਅੱਜ ਇੰਜ ਬਸ ਪਿਆਰ ਔਰ ਮناسب ਜਈਆਂ ਗੱਲਾਂ ਨਾ ਛੋਟੀਆਂ ਛੋਟੀਆਂ ਕਰਨੀਆਂ ਜਿਸ ਦੋਸਤ ਭਾਈ ਨੂੰ ਪਸੰਦ ਆਈ ਨਾ ਜੀ 3,70,000 ਦੀ ਦੇ ਦੇ ਸਾਂ ਜੀ 3,70,000 ਠੀਕ ਹੈ ਪਹਿਲਨ ਵੱਛੀ ਸੀ ਨੰਬਰ 6 ਤੇ ਚੈੱਕ ਕਰਾਈਏ 3,70,000 ਠੀਕ ਹੈ ਭਾਈ ਕੋਈ ਨੰਬਰ 7 ਲੈ ਕੇ ਆਓ ਪਿੱਛੇ ਦੇ ਬੱਚਾ ਉਹ ਵੀ ਚੈੱਕ ਕਰਾ ਦਿੱਤਾ ਅੱਗੋ ਆ ਗਈ ਹੈ ਜੀ ਗਾਂ ਨੰਬਰ 7 ਤੇ ਮਾਸ਼ਾਅੱਲਾ ਜੀ ਪ੍ਰਿੰਟ ਜ਼ਰਾ ਵੇਖਣਾ ਕਾਲੇ ਗੁੱਲ ਲੱਗੇ ਨੇ ਮਾਸ਼ਾਅੱਲਾ ਦੇਖੋ ਕਾਲਾ ਇਹ ਚੈੱਕ ਕਰੋ ਜ਼ਰਾ ਗੁੱਲ ਹੀ ਪਹਿਲੇ ਚੈੱਕ ਕਰਾਣੇ ਆ ਜੀ ਸੋਹਣੇ ਗੁੱਲ ਲੱਗੇ ਨੇ ਮਾਸ਼ਾਅੱਲਾ ਨੇ ਜੀ ਹੱਲੇ ਵੀ ਬੱਚਾ ਜਿਹੜਾ ਨਹੀਂ ਗੁਲਾਬ ਦਾ ਫੁੱਲ ਉਸ ਥੱਲੇ ਸੈਕਸੀ ਮੰਦੀ ਬੱਚੀ ਮਾਸ਼ਾਅੱਲਾ ਜੀ ਇਹ ਚੈੱਕ ਕਰੋ ਜੀ ਗਾਂ ਨੰਬਰ 7 ਕਾਲੇ ਗੁੱਲ ਮਾਸ਼ਾਅੱਲਾ ਜੀ ਸੋਹਣੀਆਂ ਵਿਰਲਾਂ ਤੇ ਲੱਗੇ ਨੇ ਇਹ ਭਾਈ ਹੋਰਾਂ ਮੈਂ ਕਿਨਵਾ ਸੁਆਸ ਹੋਈ ਹੈ ਜੀ ਸਰ ਜੀ ਇਹ ਦੂਸਰਾ ਸੁਆਸ ਹੋਇਆ ਖਲਾਰ ਭਾਈ ਚਿਹਰਾ ਸਾਹਮਣੇ ਕਰਿਓ ਇਹ ਚੈੱਕ ਕਰੋ ਜੀ ਪਿੱਛੇ ਸੈਕਸੀ ਮੰਦੀ ਬੱਚੀ ਉਹ ਵੀ ਚੈੱਕ ਕਰਾਣੇ ਨਾੜੂ ਦਾ ਨਜ਼ਰ ਹੁੰਦਾ ਪਤਾ ਮਾਸ਼ਾਅੱਲਾ ਘਰ ਘਰ ਨਹੀਂ ਜਿੰਮਦੀਆਂ ਲਾਮ ਜ਼ਰਾ ਵੇਖਣੀ ਹੈ ਮਾਸ਼ਾਅੱਲਾ ਜੀ ਹਾਈਟ ਦੀ ਵੇਖਣੀ ਹੈ ਤੇ ਕਾਲੇ ਗੁੱਲ ਲੱਗੇ ਨੇ ਪ੍ਰਿੰਟ ਵੀ ਸੋਹਣਾ ਮਾਸ਼ਾਅੱਲਾ ਜੀ ਦੂਸਰਾ ਸੁਆ ਦੱਸਿਆ ਜੀ ਭਾਈ ਹੋਰਾਂ ਜੀ ਦੂਸਰਾ ਕਿਦਾਂ ਦੀ ਸੂਈ ਹੈ ਜੀ ਇਸ ਨੂੰ ਅਜ ਹੋ ਗਿਆ ਸਰ ਜੀ ਸੋਭਾ ਦਾ ਆਨ ਟਾਈਮ ਸੂਈ ਆਇਆ ਇਹ ਬੱਚਾ ਤੋੜ ਹੀ ਨਹੀਂ ਸਰ ਇਹ ਅੱਜ ਹੀ ਸੂਈ ਹੈ ਜੀ ਜੀ ਥੋੜੀ ਥੋੜੀ ਨਾ ਆਪਣਾ ਭਾਈ ਇਹ ਚੈੱਕ ਕਰ ਲਓ ਜੀ ਦੂਸਰਾ ਸੁਆ ਸੂਈ ਹੈ ਚਵਾਈਆਂ ਕਿੰਨੀਆਂ ਕੀਤੀਆਂ ਨੇ ਜੀ ਫੁੱਲ ਖਾਲੀ ਹੈ ਜੀ ਕਿੰਨਾ ਬੋਲਾ ਕੱਢੇ ਦਵਾਈ ਹੈ ਜੀ ਖਾਲੀ ਕੀ ਬੰਦ ਬੋਲਾ ਕੱਢਿਆ ਆ ਜੇ ਥੱਲੋ 14 ਤੋਂ 15 ਕਿਲੋ ਠੀਕ ਹੈ 14 ਤੋਂ 15 ਕਿਲੋ ਜੀ ਜੀ ਇਹ ਚੈੱਕ ਕਰ ਲਓ ਜੀ ਗਾਂ ਨੰਬਰ 7 ਇਹ ਇੱਕ ਹੀ ਚਵਾਈ ਕੀਤੀ ਹੈ ਪਿੱਛੇ ਦੇ ਬੱਚੀ ਇਹ ਚੈੱਕ ਕਰੋ ਜੀ ਵੱਛੀ ਵੀ ਵੇਖ ਲੈਣੀ ਹੈ ਨਾੜੂ ਸਾਹਮਣੇ ਨਜ਼ਰ ਹੁੰਦਾ ਪਿਆ ਇਹ ਚੈੱਕ ਕਰੋ ਮਾਸ਼ਾਅੱਲਾ ਜੀ ਜਿਹੜੀ ਪਿੱਛੇ ਬੱਚੀ ਉਹਦੀ ਵੀ ਤਸੱਲੀ ਕਰੋ ਭਾਈ ਹਰਮ ਨਸਲ ਦੀ ਜੀ ਨਸਲ ਦੀ ਚੋਲਿਸਤਾਨੀ ਤੇ ਫਰੀਜ਼ੀਅਨ ਨੇ ਫਰੀਜ਼ੀਅਨ ਤੇ ਚੋਲਿਸਤਾਨੀ ਦੂਸਰਾ ਸੁਆ ਸੂਈ ਹੈ ਇੱਕ ਹੀ ਚਵਾਈ ਹੋਈ ਹੈ ਪਿੱਛੇ ਦੇ ਬੱਚੀ ਉਹ ਵੀ ਚੈੱਕ ਕਰਾ ਦਿੱਤੀ ਨਾੜੂ ਦਾ ਨਜ਼ਰ ਹੁੰਦਾ ਪਿਆ ਲੋ ਜੀ ਦੋਸਤੋ ਇਹ ਮੁਕੰਮਲ ਨਜ਼ਾਰੇ ਕਰੋ ਜੀ ਇਹ ਚੈੱਕ ਕਰ ਲਓ ਜੀ ਮਾਸ਼ਾਅੱਲਾ ਬਸ ਬੱਚੀ ਵੇਖੋ ਨਾ ਮਾਸ਼ਾਅੱਲਾ ਇਹ ਚੈੱਕ ਕਰੋ ਮਾਸ਼ਾਅੱਲਾ ਜੀ ਪਿੱਛੇ ਦੇ ਬੱਚੀ ਬਹੁਤ ਪਿਆਰੀ ਬੱਚੀ ਠੀਕ ਹੈ ਲੋ ਦੋਸਤਾਂ ਨਜ਼ਾਰੇ ਕਰੋ ਮਾਸ਼ਾਅੱਲਾ ਲਬਾਸ ਸੋਹਣਾ ਕੀਤਾ ਫਰੀਜ਼ੀਅਨ ਤੇ ਚੋਲਿਸਤਾਨੀ ਦੂਸਰਾ ਸੁਆ ਸੋਈ ਹੈ ਇੱਕ ਹੀ ਚਵਾਈ ਹੋਈ ਹੈ ਪਿੱਛੇ ਦੇ ਬੱਚੀ ਉਹ ਵੀ ਚੈੱਕ ਕਰਾ ਦਿੱਤੀ ਹੈ ਜੀ ਭਾਈ ਹੁਣ ਗਾਂ ਨੰਬਰ 7 ਦਾ ਰੇਟ ਗਾਂ ਮੇਰੀ ਸਰ ਜੀ ਪੂਰੇ 6 ਲੱਖ ਦੀ ਫਾਈਨਲ ਫਾਈਨਲ ਬਿਲਕੁਲ ਮناسب ਹੈ ਤੇ ਜਿਸ ਦੋਸਤ ਭਾਈ ਨੂੰ ਪਸੰਦ ਆਈ ਨਾ ਜੀ ਉਹ ਪਹਿਲਣ ਬੱਚੀ ਦੇ ਵੀ 5 ਲੱਖ ਰੁਪਈਆ ਆਖਿਆ ਅੱਜ ਇਹਦਾ ਵੀ ਸਰ ਜੀ ਪੂਰਾ 5 ਲੱਖ ਰੁਪਈਆ ਦੇ ਦੇ 5 ਲੱਖ 5 ਲੱਖ ਦੀ ਦੇ ਦੇ ਠੀਕ ਹੈ ਤੇ ਅੱਜ ਹੀ ਸੋਈ ਹੈ ਜੀ ਅੱਜ ਸੋਭਾ ਸੋਈ ਜੀ ਇੱਥੇ ਬੋਲੇ ਛੇ ਬੋਲੇ 9 ਅਸੀਂ ਇਨਸ਼ਾਅੱਲਾ ਜੋ ਭਾਈ ਦੋਸਤ ਰਣ ਡਾਕਸਾਂ ਅਸੀਂ ਜਲਨਨ ਕਬੂਲ ਠੀਕ ਬੋਲੇ ਤੇਲੇ ਬੱਚੇ ਦਾ ਵੀ ਨਾੜੂ ਨਜ਼ਰ ਹੁੰਦਾ ਉਹ ਵੀ ਚੈੱਕ ਕਰਾ ਦਿੱਤਾ ਪਿੱਛੇ ਦੇ ਬੱਚੀ ਮਾਸ਼ਾਅੱਲਾ ਚੈੱਕ ਕਰ ਲਓ ਹੇ ਟੋਰੇ ਭਾਈ ਜਾਨ ਜ਼ਰਾ ਦੋਸਤਾਂ ਨੂੰ ਥੋੜੀ ਜਿਹੀ ਤਸੱਲੀ ਫੇਰ ਕਰਾ ਦਈਏ ਇਹ ਲਤਾਂ ਕਲੀਅਰ ਨੇ ਨਾ ਦੋਵੇਂ ਕਿਹੜੀਆਂ ਜੀ ਇਹ ਆ ਜ਼ਰਾ ਥੋੜਾ ਕੋਈ ਦੱਬ ਤੇ ਨਹੀਂ ਲੱਗੀ ਵੱਛੀ ਦੀਆਂ ਉਹ ਆ ਮੱਠੀ ਜੀ ਐਵੇਂ ਕੋਈ ਦੱਬ ਤੇ ਨਹੀਂ ਲੱਗੀ ਗਾਂ ਦੀ ਜੀ ਨਹੀਂ ਨਹੀਂ ਗਾਂ ਕਲੀਅਰ ਹੈ ਜੀ ਠੀਕ ਹੈ ਕਲੀਅਰ ਆ ਚੈੱਕ ਕਰ ਲਓ ਮਾਸ਼ਾਅੱਲਾ ਠੀਕ ਹੈ ਭਾਈ ਜੀ ਆਉਂਦੇ ਨੇ ਨੁਖਤੇ ਜਿਹਾ ਬਣੇ ਹੋਏ ਇਹ ਜਿਹੜੀ ਜਾਨਵਰ ਪੱਕੇ ਤੇ ਬੰਦਾ ਨਾ ਉਹਨੂੰ ਇਹ ਛੋਟੇ ਛੋਟੇ ਜਿਹੇ ਤੁਕ ਜਿਹਾ ਬਣ ਲੈਂਦੇ ਠੀਕ ਹੈ ਜੀ ਅੱਗੋ ਭਾਈ ਲੈ ਕੇ ਆਓ ਜੀ ਮਾਸ਼ਾਅੱਲਾ ਅੱਜ ਦੀ ਵੀਡੀਓ ਦਾ ਹੀਰੋ ਇਹ ਚੈੱਕ ਕਰੋ ਜੀ ਗਾਂ ਨੰਬਰ 8 ਖਿਲਾਰੇ ਭਾਈ ਜਾਨ ਲੋ ਜੀ ਦੋਸਤੋ ਮਾਸ਼ਾਅੱਲਾ ਚੈੱਕ ਕਰੋ ਜੀ ਪ੍ਰਿੰਟ ਜ਼ਰਾ ਵੇਖਣਾ ਇਹ ਜਿਹੜੀ ਗਾਂ ਹੈ ਨਾ ਜੀ ਇਹ ਵੀ ਸਰ ਜੀ ਹੁੰਡਾਈ ਚ ਨਹੀਂ ਆਂਦੀ ਇਹ ਵੀ ਮਜ਼ਦੂਰ ਲੈ ਬੈਣੀ ਪਊ ਇਹ ਚੈੱਕ ਕਰੋ ਜੀ ਲਾਮ ਜ਼ਰਾ ਦੀ ਚੈੱਕ ਕਰਨੀ ਹੈ ਮਾਸ਼ਾਅੱਲਾ ਜੀ ਖੂਬਸੂਰਤੀ ਦੋਸਤਾਂ ਦੇ ਸਾਹਮਣੇ ਸੇਜ ਚੱਗੀ ਚਿਹਰਾ ਜ਼ਰਾ ਚੈੱਕ ਕਰੋ ਇਹ ਹੁੰਦੀ ਨਵਾਬ ਚੀਜ਼ ਨੂੰ ਕਹਿੰਦੇ ਨੇ ਕੁਆਲਿਟੀ ਸਰ ਜੀ ਪੱਟੀ ਨਾਲ ਸੇ ਛਿਕਦੇ ਹੀ ਤੇ ਪੱਟੀ ਉਹ ਫਿਰ ਦੇ ਦੋਸਤ ਭਾਈ ਇਹ ਸਮਝਣ ਕਿ ਪੱਟੀਆਂ ਦੇ ਨਾਲ ਨਾ ਜਾਨਵਰ ਸੇ ਲਾਉਂਦੇ ਨੇ ਉਹ ਪੱਟੀਆਂ ਜਿਹੜੀ ਨਹੀਂ ਉਹ ਪਾ ਕੇ ਤੇ ਚੈੱਕ ਕਰਾਉਣੀ ਹੈ ਬਲਕਿ ਇਹ ਸਾਡਾ ਜਾਨਵਰ ਜਿਹੜਾ ਹੁੰਦਾ ਨਾ ਮਾਲ ਆਈਂਦਾ ਹੀਰੋ ਜੀ ਜੀ ਉਹ ਉਂਝ ਹੀ ਦਿਸਦਾ ਜੰਗਲ ਵੀ ਬੰਨ ਛੋੜੋ ਤੇ ਬੰਦੇ ਢੂੜ ਕੇ ਵੀ ਮਿਲ ਪਾਉਂਦੇ ਨੇ ਕਹੋ ਜੀ ਹੀਰੋ ਬਿਲਕੁਲ ਜੀ ਸਾਰੇ ਜਿਹੜੀ ਚੀਜ਼ ਮੈਂ ਜਿਹੜਾ ਬੰਦਾ ਇਹ ਆਂਦਾ ਇਹ ਮੇਰੇ ਲਾਹੌਰ ਦਾ ਇੱਕ ਦੋਸਤ ਹੈ ਜੀ ਮੇਰੀ ਤਲੀਮ ਨਹੀਂ ਹੈ ਨੰਬਰ ਮੇਰਾ ਨਾ ਗਵਾਚ ਗਿਆ ਉਹਦੇ ਕੋਲ ਉਹ ਮੇਰੇ ਨਾਲ ਨਿਰਾਜ਼ ਹੋ ਗਿਆ ਅਗਲੀ ਗਾਈ ਤੋਂ ਮੈਂ ਸਪੈਸ਼ਲ ਉਸ ਬੰਦੇ ਵਾਸਤੇ ਹੀਰਾ ਲੈ ਆਉਂਦਾ ਔਰ ਉਸ ਮੇਰੀ ਵੀਡੀਓ ਵੇਖਣੀ ਤੂੰ ਸਪੈਸ਼ਲ ਮੈਂ ਕਾਲ ਕਰੇ ਮੈਂ ਲੋਡ ਕਰਵਾ ਕੇ ਭੇਜ ਦੇ ਇਨਸ਼ਾਅੱਲਾ ਜਿਹੜੀ ਉਹ ਪਿਛਲੀ ਵੀਡੀਓ 'ਚ ਸਭ ਤੋਂ ਚਿਗਾਏ ਸੀ ਭਾਈ ਹੁਰਮ ਦਾ ਜ਼ਿਕਰ ਕਰਦੇ ਨੇ ਪੇ ਉਹ ਭਾਈ ਦੀ ਕਸਟਮਰ ਹਨ ਲੇਕਿਨ ਉਹ ਸੇਲ ਹੋ ਗਈ ਹੈ ਕਰਾਚੀ ਵਾਲੀ ਸਾਈਡ ਤੇ ਗਈ ਹੈ ਇਹ ਚੈੱਕ ਕਰੋ ਜੀ ਗਾਂ ਨੰਬਰ 8 ਤੇ ਇਹਨੂੰ ਕਹਿੰਦੇ ਨੇ ਹੀਰਾ ਤੇ ਕੁਆਲਿਟੀ ਵਾਲੀ ਚੀਜ਼ ਮਾਸ਼ਾ ਅੱਲਾ ਇਹ ਘਰ ਘਰ ਨਹੀਂ ਜੰਮਦਾ ਇਹ ਭਾਈ ਹੁਰਮ ਕਿਨਵਾ ਸੁਆ ਦਾ ਇਹ ਦੂਸਰਾ ਸਰ ਜੀ ਦੂਸਰਾ ਸੁਆ ਨੇ ਸੁਣਾ ਮੂੰਹ 'ਚ ਸਰ ਜੀ ਛਿੱਗੀ ਮੂੰਹ 'ਚ 6 ਦੰਦ ਲਬਾਸ ਜ਼ਰਾ ਦਾ ਚੈੱਕ ਕਰ ਲਓ ਦੂਸਰਾ ਸੁਆ ਨੇ ਸੁਣਾ ਦੰਦ ਚੈੱਕ ਕਰਾ ਦਿਨੇ ਇਹ ਚੌਥਾ ਨਹੀਂ ਹੈ ਜੀ ਮੂੰਹ 'ਚ ਪੂਰਾ 6 ਹੋ ਠੀਕ ਹੈ ਟੋਰੇ ਭਾਈ ਲੋ ਦੋਸਤੋ ਚੈੱਕ ਕਰੋ ਮਾਸ਼ਾ ਅੱਲਾ ਜੀ ਗਾਂ ਨੰਬਰ 8 ਦੂਸਰਾ ਸੁਆ ਨੇ ਸੁਣਾ ਮੂੰਹ 'ਚ 6 ਦੰਦ ਭਾਈ ਹੁਰਮ ਦਿਨ ਕਿੰਨੇ ਲੈ ਰਹੀ ਹੈ ਜੀ ਦਿਨ ਇਸ ਕਾਰਡ ਵੈਣ ਥੋੜੇ ਤੋਂ ਥੋੜੇ ਵੀ ਪੱਕੇ 10 ਤੋਂ 12 10 ਤੋਂ 12 ਦਿਨ ਲੈ ਰਹੀ ਹੈ ਗੱਬਣ ਦੀ ਇਨਸ਼ਾਅੱਲਾ ਚੁਆਈ ਕਰਨੀ ਪੋਸੇ ਮਾਸ਼ਾਅੱਲਾ ਜੀ ਦਿਲ ਚਾਹੇ ਮਸ਼ੀਨ ਤੇ ਕਰੋ ਦਿਲ ਚਾਹੇ ਹੱਥ ਤੇ ਕਰੋ ਜੀ 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 ਲੋ ਦੋਸਤੋ ਐਵੇਂ ਤੇ ਪਏ ਹੋ ਨਾ ਜੀ ਮਾਸ਼ਾਅੱਲਾ ਜੀ ਇਹ ਆ ਵੀ ਸੀਲ ਸ਼ਰੀਫ ਇਹ ਚੈੱਕ ਕਰ ਲਓ ਕੋਈ ਸ਼ਾਇ ਨਹੀਂ ਖਾਲੀ ਦਿਲ ਨਸਲ ਦੀ ਭਾਈ ਹੁਰਮ ਜੀ ਨਸਲ ਆਪੇ ਦੋਸਤ ਭਾਈ ਵੇਖ ਕੇ ਚੈੱਕ ਕਰ ਆਪੀ
ਇਹ ਚੈੱਕ ਕਰੋ ਜੀ ਖੂਬਸੂਰਤੀ ਜ਼ਰਾ ਵੇਖਣੀ ਹੈ ਪ੍ਰਿੰਟ ਦੋਸਤਾਂ ਦੇ ਸਾਹਮਣੇ ਅਤੇ ਮੂੰਹ 'ਚੋਂ ਛੇਦ ਹਨ ਲਓ ਜੀ ਦੋਸਤੋ ਮੁਕੰਮਲ ਨਜ਼ਾਰੇ ਕਰੋ ਜੀ ਭਾਈ ਹੁਰਮ ਇਹ ਤਾਂ ਹੁਣ ਬਾਈ ਅਸਾਂ ਕੀ ਦੱਸਣਾ ਜੀ ਅਗਲੀ ਵੀ ਵੀਡੀਓ ਤੁਹਾਨੂੰ ਦੱਸਿਆ ਨਾ ਕਿ ਬਾਈ ਦੋਸਤ ਆਪੇ ਮੁੱਲ ਲਾਉਣਾ ਜੀ ਜੀ ਇਹਦੇ ਵੀ ਸਜਣਾ ਬੈਰੀ ਆਪੇ ਹੀ ਮੁੱਲ ਲਾਉਣਾ ਔਰ ਜਿਹੜਾ ਬੰਦਾ ਆਖ ਸੀ ਨਾ ਕਿ ਲੋਡ ਕਰਵਾ ਕੇ ਭੇਜ ਦੇ ਮੈਂ ਇਮਾਨਦਾਰੀ ਦੀ ਗੱਲ ਮੈਨੂੰ ਮੁਨਾਸਿਬ ਖਿਓਸ ਤੇ ਮੈਂ ਲੋਡ ਕਰਵਾ ਕੇ ਭੇਜ ਦੇ ਸਾਂ ਇਨਸ਼ਾਅੱਲਾ ਔਰ ਇਸੇ ਤਰ੍ਹਾਂ ਦੀ ਇੱਕ ਹੋਰ ਗਾਂ ਅਗਲੀ ਵੀਡੀਓ 'ਚ ਅਗਲੀ ਵੀਡੀਓ 'ਚ ਇਨਸ਼ਾਅੱਲਾ ਅਗਲੀ ਵੀਡੀਓ ਚੈੱਕ ਕਰਸਾਂ ਔਰ ਥੋੜੀ ਜਿਹੀ ਇਹਦੇ ਤੋਂ ਕੱਸੀ ਹੈ ਮਾਮੂਲੀ ਜਿਹੀ ਇਹਦੇ ਤੋਂ ਕੱਸੀ ਠੀਕ ਹੈ ਹੋਰ ਵੇਖਣ ਵਾਲੇ ਵਾਸਤੇ ਕੋਈ ਪੈਗਾਮ ਜੀ ਹੋਰ ਕੋਈ ਪੈਗਾਮ ਨਹੀਂ ਹੈ ਬਹੁਤ ਮਿਹਰਬਾਨੀ ਔਰ ਸ਼ੁਕਰੀਆ ਭਾਈ ਦੋਸਤ ਹੈਲਪ ਕਰਦੇ ਨੇ ਤਸੀਂ ਇਹ ਚੀਜ਼ਾਂ ਲੈ ਆਉਂਦੇ ਆ ਜੀ 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 ਤਾਂ ਦੂਸਰੇ ਇਨਸ਼ਾਅੱਲਾ ਅਗਲੀ ਵੀਡੀਓ ਨਾਲ ਦੁਬਾਰਾ ਮਿਲਸਾਂਗੇ ਇਨਸ਼ਾਅੱਲਾ ਜ਼ਿਲ੍ਹਾ ਸਾਡਾ ਸਰਗੋਧਾ ਤਹਿਸੀਲ ਸਾਡੀ ਬੁਲਵਾਲ ਸਾਲਾ ਮੈਂਟਰ ਚ ਹੀ ਲੱਗਦਾ ਜੀ ਅਗਲਾ ਮਾਲ ਟੋਟਲ ਸੇਲ ਹੋ ਗਿਆ ਨਵਾਂ ਲੈ ਆਂਦਾ ਅੱਲਾ ਦਾ ਸ਼ੁਕਰ ਹੈ ਇਨਸ਼ਾਅੱਲਾ ਅੱਲਾ ਖੈਰ ਕਰੇ ਜੀ ਅਗਲੀ ਵੀਡੀਓ ਦੁਬਾਰਾ ਮਿਲਸਾਂ ਇੱਕ ਵਾਰੀ ਹੋਰ ਚੈੱਕ ਕਰਾ ਲਓ ਦੋਸਤੋ ਫੇਰ ਤਸੱਲੀ ਕਰਾ ਦਿੰਨੇ ਆ ਦੂਸਰਾ ਸੁਆ ਨੇ ਸੁਣਿਆ 10 ਤੋਂ 12 ਦਿਨ ਲੈ ਰਹੀ ਹੈ ਲਬਾਸ ਸੋਹਣਾ ਮਾਸ਼ਾਅੱਲਾ ਜੀ ਮੂੰਹ 'ਚ ਛੇ ਦੰਦ ਖੂਬਸੂਰਤੀ ਦੀ ਵੇਖ ਲੈਣੀ ਇਹ ਚੈੱਕ ਕਰੋ ਜੀ ਇਹ ਹੁੰਦੀ ਹੈ ਕੁਆਲਿਟੀ ਔਰ ਕੋਈ ਪੈਗਾਮ ਦੇਣਾ ਜਾਂ ਇਜਾਜ਼ਤ ਲਈ ਜੀ ਹੋਰ ਕੋਈ ਨਹੀਂ ਪੈਗਾਮ ਜੀ ਇਜਾਜ਼ਤ ਹੈ ਜੀ ਤੇ ਇਨਸ਼ਾਅੱਲਾ ਅਗਲੀ ਵੀਡੀਓ ਨਾਲ ਦੁਬਾਰਾ ਮਿਲ ਜੀ ਸਰ ਇਜਾਜ਼ਤ ਚਾਹਨੇ ਆ ਅੱਲਾ ਹਾਫਿਜ਼।